ਦੇਖੋ ਜਦੋਂ ਬੁਲਟ ਤੇ ਪਟਾਕੇ ਮਾਰਨ ਵਾਲਿਆਂ ਦੇ ਕੀਤੇ ਗਏ ਚਲਾਨ ਤੇ ਹੋਏ ਮੋਟਰਸਾਈਕਲ ਬਾਉਂਡ। ਅਸੀਂ ਟ੍ਰੈਫਿਕ ਸੰਬੰਧ ਪਹਿਲਾਂ ਵੀ ਨਾਕੇ ਲਾ ਰਹੇ ਹਾਂ ਅਤੇ ਮਾਣਯੋਗ ਐਸ ਐਸ ਪੀ ਸਾਹਿਬ ਸਾਡੇ ਵਿਕਰਮਜੀਤ ਦੁੱਗਲ ਆਈ ਪੀ ਐਸ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਅੱਜ ਫਿਰ ਇੱਥੇ ਨਾਕਾ ਲਾਇਆ। ਜਿਹੜੇ ਵੀ ਲੋਕ ਜਿਹੜੇ ਵਾਇਲੇਸ਼ਨ ਕਰਦੇ ਨੇ ਟ੍ਰੈਫਿਕ ਦੀ ਉਹਨਾਂ ਦੇ ਅਸੀਂ ਅੱਜ ਚੌਂਕ ਦੇ ਵਿੱਚ ਨਾਲੇ ਵੱਧ ਤੋਂ ਵੱਧ ਚਲਾਨ ਕਰ ਰਹੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਹਾਂ ਗੁਰ ਪਿਆਰਿਓ, ਅਜਨਾਲਾ ਵਿਖੇ ਟ੍ਰੈਫਿਕ ਪੁਲਿਸ ਨੇ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਚਲਾਨ ਕੀਤੇ ਨੇ ਤੇ ਕਈ ਮੋਟਰਸਾਈਕਲ ਬਾਉਂਡ ਵੀ ਕੀਤੇ ਨੇ। ਉੱਥੇ ਹੀ ਟ੍ਰੈਫਿਕ ਪੁਲਿਸ ਦੇਹਾਤੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਬੁਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨ ਅਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਹਰ ਵਿਅਕਤੀ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਅਗਰ ਨਹੀਂ ਆਣਗੇ ਤਾਂ ਉਹਨਾਂ ਵਾਸਤੇ ਚੰਗਾ ਨਹੀਂ ਹੋਵੇਗਾ। ਇਹ ਅਸੀਂ ਟ੍ਰੈਫਿਕ ਸੰਬੰਧ ਪਹਿਲਾਂ ਵੀ ਨਾਕੇ ਲਾ ਰਹੇ ਹਾਂ ਅਤੇ ਮਾਣਯੋਗ ਐਸ ਐਸ ਪੀ ਸਾਹਿਬ ਸਾਡੇ ਵਿਕਰਮਜੀਤ ਦੁੱਗਲ ਆਈ ਪੀ ਐਸ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਅੱਜ ਫਿਰ ਇੱਥੇ ਨਾਕਾ ਲਾਇਆ। ਜਿਹੜੇ ਵੀ ਲੋਕ ਜਿਹੜੇ ਵਾਇਲੇਸ਼ਨ ਕਰਦੇ ਨੇ ਟ੍ਰੈਫਿਕ ਦੀ ਉਹਨਾਂ ਦੇ ਅਸੀਂ ਅੱਜ ਚੌਂਕ ਦੇ ਵਿੱਚ ਨਾਲੇ ਵੱਧ ਤੋਂ ਵੱਧ ਚਲਾਨ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਜਿਹੜੇ ਬੁਲਟਾਂ ਦੇ ਪਟਾਕੇ ਮਾਰਦੇ ਆ ਉਹਨਾਂ ਦੇ ਚਲਾਨ ਕਰ ਰਹੇ ਹਾਂ। ਅਤੇ ਕਿੰਨੇ ਚਲਾਨ ਕੀਤੇ ਗਏ ਜੀ ਅੱਜ? ਹੁਣ ਤੱਕ 5-6 ਕਰਦੇ ਆ ਅਤੇ 2 ਮੋਟਰਸਾਈਕਲ ਅਸੀਂ ਬਾਉਂਡ ਕਰਦੇ ਆ, ਇਸ ਤੋਂ ਇਲਾਵਾ ਜੀ ਹੋਰ ਕਰਾਂਗੇ ਜੀ। ਡੈਜ਼ਿਗਨੇਸ਼ਨ ਕੀ ਹੈ? ਐਸ ਆਈ ਚਰਨਜੀਤ ਸਿੰਘ, ਇੰਚਾਰਜ ਟ੍ਰੈਫਿਕ ਅੰਮ੍ਰਿਤਸਰ ਦੇ। ਸਰ ਆਉਣ ਵਾਲੇ ਟਾਈਮ 'ਤੇ ਵੀ ਇਸ ਤਰ੍ਹਾਂ? ਹਾਂ ਬਿਲਕੁਲ ਜੀ, ਇੱਦਾਂ ਹੀ ਲਗਾਤਾਰ ਅਸੀਂ ਜਿਹੜੀ ਮੁਹਿੰਮ ਚੱਲੀ ਹੈ ਜਾਰੀ ਰੱਖਾਂਗੇ। ਅਤੇ ਸਰ ਜਿਹੜੇ ਮੁੰਡੇ ਪਟਾਕੇ ਮਾਰਦੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਹਾਂ, ਉਹਨਾਂ ਨੂੰ ਇਹ ਦੇਣਾ ਚਾਹੁੰਦੇ ਮੈਸੇਜ ਕਿ ਖਾਸ ਤੌਰ 'ਤੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹ ਬਿਲਕੁਲ ਇਹ ਕੰਮ ਨਾ ਕਰਨ, ਕਿਉਂਕਿ ਇਹਦੇ ਨਾਲ ਉਹਨਾਂ ਦੇ ਮਾਂ ਬਾਪ ਨੂੰ ਵੀ ਸਜ਼ਾ ਮਿਲੂਗੀ। ਅਤੇ ਮੈਂ ਇਹਨਾਂ ਸਾਰਿਆਂ ਬੱਚਿਆਂ ਨੂੰ, ਜਿੰਨੇ ਵੀ ਆਪਣੇ ਬੱਚੇ ਆ, ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵਾਇਓਲੇਸ਼ਨ ਜਿਹੜੀ ਹੈ ਇਹਦੀ ਨਾ ਕਰੋ ਟ੍ਰੈਫਿਕ ਦੀ, ਕਿਉਂਕਿ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਵਾ ਉਹ ਰੋਜ਼ਾਨਾ ਇਸ ਤਰ੍ਹਾਂ ਜਾ ਰਹੀਆਂ। ਗੁਰਪਿਆਰਿਓ, ਅਜਨਾਲਾ ਪੁਲਿਸ ਜੋ ਪਹਿਲ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ, ਅਜਿਹੀ ਪਹਿਲਕਦਮੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਬੁਲਟ ਉੱਤੇ ਪਟਾਕੇ ਮਾਰਨ ਦੇ ਨਾਲ ਕਈ ਵੱਡੇ ਹਾਦਸੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਈ ਨੌਜਵਾਨਾਂ ਨੂੰ ਆਪਣੀ ਜਾਨ ਤੱਕ ਤੋਂ ਹੱਥ ਧੋਣਾ ਪਿਆ ਹੈ। ਇਸ ਲਈ ਜੋ ਵੀ ਟ੍ਰੈਫਿਕ ਨਿਯਮ ਬਣਾਏ ਗਏ ਨੇ, ਰੋਡ ਸੇਫਟੀ ਕਾਨੂੰਨ ਬਣਾਏ ਗਏ ਨੇ, ਸਾਨੂੰ ਉਸ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਪੁਲਿਸ ਦੀਆਂ ਹਦਾਇਤਾਂ ਮੁਤਾਬਕ ਹੀ ਵਾਹਨ ਚਲਾਉਣੇ ਚਾਹੀਦੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਅਜਨਾਲਾ ਤੋਂ ਸ਼ੁਰੂ ਹੋਈ ਇਹ ਮੁਹਿੰਮ ਪੰਜਾਬ ਵਿੱਚ ਹੋਰ ਕਿਹੜੇ ਕਿਹੜੇ ਇਲਾਕਿਆਂ ਵਿੱਚ ਸ਼ੁਰੂ ਕੀਤੀ ਜਾਂਦੀ ਹੈ, ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ, ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।